सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਖਬਰਾਂ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ 'ਚ ਮੁਲਜ਼ਮ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਧਰ ਪੰਜਾਬ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਯਤਨਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਸੈਣੀ ਦੀ ਭਾਲ ਵਿੱਚ ਚੰਡੀਗੜ੍ਹ, ਦਿੱਲੀ, ਸ਼ਿਮਲਾ ਅਤੇ ਰਾਜਸਥਾਨ ਸਥਿਤ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਸੈਣੀ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਦਿੱਲੀ ਦੀ ਪੰਚਸ਼ੀਲ ਸਥਿਤ ਕੋਠੀ ਵਿੱਚ ਮੌਜੂਦ ਹਨ, ਪਰ ਉੱਥੇ ਸੈਣੀ ਪੁਲਿਸ ਦੇ ਹੱਥ ਨਹੀਂ ਲੱਗੇ। ਪੁਲਿਸ ਸੂਤਰਾਂ ਮੁਤਾਬਕ ਸੈਣੀ ਦੀ ਪਤਨੀ ਦਾ ਕਹਿਣਾ ਹੈ ਕਿ 22 ਅਗਸਤ ਤੋਂ ਬਾਅਦ ਸੈਣੀ ਨਾਲ ਉਹਨਾਂ ਦਾ ਸੰਪਰਕ ਨਹੀਂ ਹੋਇਆ। ਸੈਣੀ ਦੇ ਸ਼ਿਮਲਾ ਸਥਿਤ ਘਰ ਤੇ ਵੀ ਪੁਲਿਸ ਨੂੰ ਉਹਨਾਂ ਦੇ ਨੌਕਰੀ ਮਿਲੇ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੰਗਲਵਾਰ ਨੂੰ ਸੈਣੀ ਦੀ ਪੇਸ਼ਗੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਤੋਂ ਹੀ ਪੰਜਾਬ ਪੁਲਿਸ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਲੋਕ ਸੇਵਾ ਕਮਿਸ਼ਨ ਨੇ ਕਿਹਾ ਹੈ ਕਿ ਆਗਾਮੀ 4 ਅਕਤੂਬਰ ਨੂੰ ਹੋਣ ਵਾਲੀ ਸਿਵਲ ਸੇਵਾ ਦੀ ਮੁੱਢਲੀ ਪ੍ਰੀਖਿਆ ਲਈ ਹਰ ਪ੍ਰੀਖਿਆਰਥੀ ਲਈ ਮਾਸਕ ਜਾਂ ਫਿਰ ਫੇਸ ਕਵਰ ਪਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪ੍ਰੀਖਿਆਰਥੀ ਪਾਰਦਰਸ਼ੀ ਬੋਤਲ ਵਿੱਚ ਆਪਣਾ ਹੈਂਡ ਸੈਨੀਟਾਈਜ਼ਰ ਵੀ ਲਿਆ ਸਕਦਾ ਹੈ। ਇਸ ਤੋਂ ਇਲਾਵਾ ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਣੀ ਵੀ ਲਾਜ਼ਮੀ ਕਰਾ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 4 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਸਿਵਲ ਸੇਵਾ ਲਿਖਤੀ ਪ੍ਰੀਖਿਆ 2020 ਹੋਵੇਗੀ। ਇਸ ਤੋਂ ਪਹਿਲਾਂ ਇਹ ਪ੍ਰੀਖਿਆ 31 ਮਈ ਨੂੰ ਹੋਣ ਵਾਲੀ ਸੀ, ਪਰ ਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਮੌਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਹੋਰ ਮੈਂਬਰਾਂ ਦੇ ਵਾਂਗ ਸੰਗਰੂਰ ਤੋਂ MP ਭਗਵੰਤ ਮਾਨ ਦਾ ਵੀ ਕੋਰੋਨਾ ਟੈਸਟ ਹੋਇਆ, ਜਿਸ ਦੀ ਤਸਵੀਰ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਤਸਵੀਰ ਦੇ ਨਾਲ ਭਗਵੰਤ ਮਾਨ ਲਿਖਦੇ ਨੇ ਕਿ ਅੱਜ ਪਾਰਲੀਮੈਂਟ ਦੇ ਵਿੱਚ ਸੰਸਦ ਮੈਂਬਰਾਂ ਦਾ ਕੋਰੋਨਾ ਟੈਸਟ ਹੋਇਆ ਤੇ ਕੱਲ ਰਿਪੋਰਟ ਆ ਜਾਏਗੀ। ਇਸ ਦੇ ਨਾਲ ਹੀ ਉਹ ਤੰਜ ਕਸਦੇ ਲਿਖਦੇ ਨੇ ਕਿ ਉਹ ਦੁਆ ਕਰਦੇ ਨੇ ਕਿ ਜਿਵੇਂ ਦੇਸ਼ ਦੀ GDP ਨੈਗੇਟਿਵ ਜਾ ਰਹੀ ਹੈ, ਉਸੇ ਤਰ੍ਹਾਂ ਉਹਨਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਏ। ਦੱਸ ਦਈਏ ਕਿ 14 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਮੌਨਸੂਨ ਸੈਸ਼ਨ ਹੋਣ ਜਾ ਰਿਹਾ ਹੈ। ਇਸ ਦੇ ਲਈ ਸਾਰੇ ਸੰਸਦ ਮੈਂਬਰਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਏਗਾ ਤੇ ਨੈਗੇਟਿਵ ਮੈਂਬਰਾਂ ਨੂੰ ਹੀ ਸੰਸਦ ਵਿੱਚ ਆਉਣ ਦੀ ਇਜਾਜ਼ਤ ਹੋਏਗੀ। ਪੰਜਾਬ ਕੈਬਨਿਟ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਕੋਵਿਡ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਫਤਿਹਗੜ੍ਹ ਸਾਹਿਬ ਪਹੁੰਚੇ, ਜਿੱਥੇ ਉਹਨਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਿਵਲ ਸਰਜਨ ਅਤੇ MLA ਦੇ ਨਾਲ ਮੁਲਾਕਾਤ ਕੀਤੀ ਤੇ ਸਿਹਤ ਸੰਬੰਧੀ ਸਹੂਲਤਾਂ ਦਾ ਜਾਇਜ਼ਾ ਲਿਆ। ਹਸਪਤਾਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਹਸਪਿਟਲਸ ਦੇ ਵਿੱਚ ਪ੍ਰਬੰਧ ਪੂਰੇ ਰੱਖਣ ਤਾਂ ਜੋ ਕੋਰੋਨਾ ਮਰੀਜ਼ਾਂ ਦੀ ਵਧੀਆ ਤਰੀਕੇ ਨਾਲ ਕੇਅਰ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਵੀ ਪ੍ਰਸ਼ਾਸਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੇਕਰ ਕੋਰੋਨਾ ਦੇ ਲੱਛਣ ਕਿਸੇ ਵਿੱਚ ਵੀ ਵਿਖਾਈ ਦਿੰਦੇ ਨੇ ਤਾਂ ਉਸੇ ਵੇਲੇ ਟੈਸਟ ਕਰਾਇਆ ਜਾਵੇ ਤਾਂ ਜੋ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾ ਸਕੇ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਵੀ ਸਫਲਤਾ ਮਿਲ ਸਕੇ। ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵਿਖੇ ਕੋਵਿਡ ਦੀਆਂ ਕੋਵਿਡ ਨੂੰ ਕਾਊਂਟਰ ਕਰਨ ਵਾਸਤੇ ਜਨਜੀਆਂ ਤਿਆਰੀਆਂ ਐਡਮਿਨਿਸਟ੍ਰੇਸ਼ਨ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਕੀਤੀਆਂ ਗਈਆਂ, ਉਹਨੂੰ ਰਿਵਿਊ ਕਰਨ ਵਾਸਤੇ ਅੱਜ ਇੱਥੇ ਮੀਟਿੰਗ ਕੀਤੀ ਗਈ, ਜਿਹਦੇ 'ਚ ਮੈਨੂੰ ਕਾਫੀ ਤਸੱਲੀ ਬਖਸ਼ ਸਾਰਿਆਂ ਵੱਲੋਂ ਰਿਪੋਰਟਸ ਮਿਲੀਆਂ ਨੇ। ਜਿਸ ਤਰੀਕੇ ਪਤਾ ਚੱਲਿਆ ਅੱਜ ਜੋ ਹਾਲਾਤ ਹੈ ਇੰਟਰਨੈਸ਼ਨਲ ਲੈਵਲ 'ਤੇ, ਨੈਸ਼ਨਲ ਲੈਵਲ 'ਤੇ, ਅਤੇ ਪੰਜਾਬ ਵੀ ਕੋਈ ਉਹਨਾਂ ਤੋਂ ਵੱਖਰਾ ਨਹੀਂ ਗਿਆ। ਸਾਰੇ ਤੁਸੀਂ ਜਾਣਦੇ ਹੋ ਬਹੁਤ ਤੇਜ਼ੀ ਨਾਲ ਇਹ ਬਿਮਾਰੀ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਲੋਕ ਜਿੱਥੇ ਸਰਕਾਰੀ ਲੈਵਲ 'ਤੇ ਜਿੰਨੀਆਂ ਫੈਸਿਲਿਟੀਆਂ ਕ੍ਰੀਏਟ ਕਰਨ ਦੀ ਸੀਗੀ, ਉੱਥੇ ਸਰਕਾਰ ਨੇ ਬਹੁਤ ਸਕਸੈਸਫੁਲੀ ਉਹ ਸਾਰੀਆਂ ਕ੍ਰੀਏਟ ਕੀਤੀਆਂ ਨੇ ਲੋਕਾਂ ਦੀ ਸਹੂਲਤ ਵਾਸਤੇ। ਜੇ ਕੋਈ ਬਿਮਾਰ ਹੋ ਜਾਂਦਾ ਹੈ, L1, L2, L3 ਫੈਸਿਲਿਟੀਆਂ ਕਾਫੀ ਵੱਡੀ ਮਾਤਰਾ 'ਚ ਤਿਆਰ ਕਰਕੇ ਰੱਖੀਆਂ ਹੋਈਆਂ ਤਾਂ ਕਿ ਕਿਸੇ ਨੂੰ ਜਿਹੜੀਆਂ ਸਿਹਤ ਦੀਆਂ ਮੁੱਢਲੀ ਜ਼ਰੂਰਤਾਂ ਦੀ ਜਿੱਥੇ ਜ਼ਰੂਰਤ ਹੈ ਉਹਨਾਂ ਨੂੰ ਉਹਨਾਂ ਤੋਂ ਕੋਈ ਵਾਂਝਾ ਨਾ ਰਹਿ ਸਕੇ। ਸੋ ਸਾਰਿਆਂ ਨੂੰ ਰਿਵਿਊ ਕੀਤਾ ਗਿਆ। ਇੱਥੇ 275 ਦੇ ਕਰੀਬ ਬੈਡਸ ਨੇ ਅਵੇਲੇਬਲ ਨੇ, 150 ਦੇ ਕਰੀਬ ਕੇਸਿਸ ਅੱਜ ਨੇ, ਕਾਫੀ ਬੈੱਡ ਖਾਲੀ ਪਏ ਨੇ ਅਤੇ ਇੱਥੇ ਬੜੀ ਸੰਤੋਸ਼ਜਨਕ ਹਾਲਾਤ ਨੇ। ਜ਼ਰੂਰਤ ਹੈ ਅੱਜ ਇਸ ਚੇਨ ਨੂੰ ਤੋੜਨ ਵਾਸਤੇ ਲੋਕਾਂ ਦੀ ਮਦਦ, ਕਿਉਂਕਿ ਅੱਜ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਅਫਵਾਹਾਂ ਦਾ ਦੌਰ ਚੱਲ ਰਿਹਾ, ਉਹਨੂੰ ਕਾਊਂਟਰ ਕਰਨ ਵਾਸਤੇ ਲੋਕਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਮੈਂ ਇੱਥੇ
ਅੱਜ ਮੀਟਿੰਗ ਦੇ ਵਿੱਚ PR ਡਿਪਾਰਟਮੈਂਟ ਨੂੰ ਵੀ ਕਿਹਾ ਇਹਨੂੰ ਕਾਊਂਟਰ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਸਪੈਸ਼ਲ ਅਭਿਆਨ ਵੀ ਚਲਾਇਆ ਜਾਣਾ ਚਾਹੀਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਲੋਕਾਂ ਤਾਈਂ ਇਹ ਗੱਲ ਮੈਸੇਜ ਪਹੁੰਚੇ ਵੀ ਠੀਕ ਹੈ ਬਿਮਾਰੀ ਜ਼ਰੂਰ ਹੈ ਆਪਾਂ ਇਹਨੂੰ ਕਾਊਂਟਰ ਕਰਨਾ ਉਹਦੇ ਵਾਸਤੇ ਜਿੱਥੇ ਪ੍ਰੀਕੋਸ਼ਨਸ ਲੈਣੇ ਆ ਅਗਰ ਕਿਸੇ ਨੂੰ ਹੋ ਵੀ ਜਾਂਦੀ ਹੈ ਤਾਂ ਡਰਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਸਰਕਾਰ ਬਿਲਕੁਲ ਪੱਬਾਂ ਪਾ ਰਿਹਾ ਉਹਨਾਂ ਨੇ ਸਾਰੀਆਂ ਫੈਸਿਲਿਟੀਆਂ ਕ੍ਰੀਏਟ ਕਰਕੇ ਰੱਖੀਆਂ ਹੋਈਆਂ ਤੁਹਾਡੀ ਮੁੱਢਲੀ ਸਹਾਇਤਾ ਵਾਸਤੇ ਅੱਜ ਸਾਹਿਬ ਮੇਰੇ ਨਾਲ ਦੋਨੋਂ ਜਿੱਥੇ ਸਾਰੀ ਡਿਸਟ੍ਰਿਕਟ ਐਡਮਿਨਿਸ਼ਨ ਐਡਮਿਨਿਸਟ੍ਰੇਸ਼ਨ DC ਮੈਡਮ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫਿਸਰ ਸਾਹਿਬਾਨ ਅਤੇ ਸਿਵਲ ਸਰਜਨ ਵੀ ਨੇ ਉੱਥੇ ਨਾਲ ਦੋਨੋਂ MLA ਕੁਲਜੀਤ ਸਿੰਘ ਨਾਗਰਾ ਜੀ GP ਸਾਹਿਬ ਔਰ ਪ੍ਰਧਾਨ ਸਾਹਿਬ ਸਾਡੇ ਸਿੰਘ ਸਾਹਿਬ ਇੱਥੇ ਹਾਜ਼ਰ ਨੇ ਅਸੀਂ ਸਾਰਿਆਂ ਨੇ ਇੱਥੇ ਜੋ ਅੱਗੇ ਕਮਜ਼ੋਰੀਆਂ ਨਜ਼ਰ ਆਈਆਂ ਉਹਦੇ ਵਾਸਤੇ ਵੀ ਰਿਪੋਰਟ ਤਿਆਰ ਕਰਕੇ ਗਵਰਨਮੈਂਟ ਨੂੰ ਭੇਜਣ ਨੂੰ ਆਖਿਆ ਅਤੇ ਜੋ ਕਿਤੇ ਵੀ ਕਮੀ ਨਜ਼ਰ ਆਈ ਕੋਵਿਡ ਨੂੰ ਵੀ ਅੱਗੇ ਕਾਊਂਟਰ ਕਰਨ ਲਈ ਕੋਵਿਡ ਵਾਸਤੇ ਜਿੱਥੇ ਕੋਈ ਕਮਜ਼ੋਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲੱਗੇਗੀ ਵੀ ਹੈਲਥ ਡਿਪਾਰਟਮੈਂਟ ਨੂੰ ਜ਼ਰੂਰਤ ਹੈ ਉਹ ਇਮੀਡੀਏਟ ਸਰਕਾਰ ਨੂੰ ਉਹਦੀ ਡਿਮਾਂਡ ਭੇਜਣਗੇ ਅਤੇ ਮੈਂ ਯਕੀਨ ਦਿਲਵਾਉਣਾ ਸਾਡੇ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬਿਹਾਰ 'ਤੇ ਜਿਨ੍ਹਾਂ ਨੇ ਇਹ ਧੱਈਆ ਕਰਿਆ ਹੋਇਆ ਵੀ ਜਿਹੜਾ ਕਰੋਨਾ ਦੇ ਖਿਲਾਫ ਉਹਨਾਂ ਨੇ ਮਿਸ਼ਨ ਫਤਿਹ ਸ਼ੁਰੂ ਕੀਤਾ ਹੋਇਆ ਉਸ ਮਿਸ਼ਨ ਫਤਿਹ ਨੂੰ ਪੂਰੇ ਅੰਜਾਮ ਤੱਕ ਫਤਿਹ ਕਰਕੇ ਹੀ ਸਾਹ ਲੈਣਾ ਹੈ ਅਤੇ ਮੈਂ ਅੱਜ ਜੋ ਇੱਥੇ ਫਤਿਹਗੜ੍ਹ ਸਾਹਿਬ ਵਾਸਤੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਵਾਸਤੇ ਜੋ ਇੱਥੇ ਦੀ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਮੈਂ ਉਹਦੇ 'ਤੇ ਆਪਣੇ ਸੰਤੋਸ਼ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਵੀ ਕਾਫੀ ਹੱਦ ਤੱਕ ਇੱਥੇ ਜਿਹੜੀ ਹਾਲਾਤ ਨੇ ਉਹ ਕੰਟਰੋਲ 'ਚ ਲੁਧਿਆਣਾ ਵਿੱਚ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਘਟਨਾ ਥਾਣਾ ਟਿੱਬਾ ਦੇ ਅਧੀਨ ਪੈਂਦੇ ਆਨੰਦਪੁਰਾ ਮੁਹੱਲੇ ਦੀ ਹੈ ਜਿੱਥੇ ਕੁਝ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣਾ ਪਰਿਵਾਰ ਨੂੰ ਮਹਿੰਗਾ ਪੈ ਗਿਆ ਨਸ਼ਾ ਕਰਨ ਤੋਂ ਰੋਕਣ ਤੇ ਰਾਤ ਨੂੰ ਕੁਝ ਲੋਕ ਪੀੜਤ ਪਰਿਵਾਰ ਦੇ ਘਰ ਤੱਕ ਹਥਿਆਰ ਲੈ ਕੇ ਪਹੁੰਚ ਗਏ ਇੱਥੇ ਹੀ ਬਸ ਨਹੀਂ ਉਕਤ ਹਮਲਾਵਰਾਂ ਨੇ ਪਰਿਵਾਰ ਤੇ ਇੱਟਾਂ ਰੋੜਿਆਂ ਦੀ ਬਰਸਾਤ ਵੀ ਕਰ ਦਿੱਤੀ ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਗੰਡਾਸੇ ਟਕੂਆ ਸੀ ਅਤੇ ਹੋਰ ਮਾਰੂ ਹਥਿਆਰ ਸਨ ਜਿਨ੍ਹਾਂ ਨੂੰ ਹਮਲਾਵਰਾਂ ਨੇ ਲਗਾਤਾਰ ਹਵਾ 'ਚ ਲਹਿਰਾ ਰਹੇ ਸਨ ਹਥਿਆਰ ਲਹਿਰਾਉਂਦੇ ਉਕਤ ਹਮਲਾਵਰ CCTV ਕੈਮਰੇ ਵਿੱਚ ਕੈਦ ਹੋ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਮੌਕੇ ਤੇ ਤਾਂ ਪਹੁੰਚੀ ਪਰ ਕਾਰਵਾਈ ਲਈ ਸ਼ਿਕਾਇਤ ਦਾ ਇੰਤਜ਼ਾਰ ਕਰਦੀ ਰਹੀ ਥਾਣਾ ਟਿੱਬਾ ਦੇ SHO ਦਾ ਕਹਿਣਾ ਹੈ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਾ ਦਿੱਤਾ ਫਿਲਹਾਲ ਉਹਨਾਂ ਨੂੰ ਕਿਸੇ ਪਾਸਿਓਂ ਲਿਖਤੀ ਸ਼ਿਕਾਇਤ ਨਹੀਂ ਆਈ ਹੈ ਜੇਕਰ ਕੋਈ ਲਿਖਤੀ ਸ਼ਿਕਾਇਤ ਆਏਗੀ ਤਾਂ ਕਾਰਵਾਈ ਕੀਤੀ ਜਾਏਗੀ